ਹੈਲੋ ਸਟੂਡੈਂਟਸ, ਹਾਊ ਆਰ ਯੂ। ਮੈਂ ਤੁਹਾਡਾ ਸ਼ਿਵਮ ਸਰ ਪਰਮ ਟੀਵੀ ਚੈਨਲ ਤੇ ਜਮਾਤ 8ਵੀਂ ਦਾ ਅਧਿਆਇ 7ਵਾਂ ਦੀ ਅਭਿਆਸ 7.8 ਕਰਵਾਉਣ ਜਾ ਰਿਹਾ ਹਾਂ। ਇਸ ਵਿੱਚ ਸਿਰਫ ਬਹੁਵਿਕਲਪੀ ਪ੍ਰਸ਼ਨ ਪੁੱਛੇ ਗਏ ਹਨ। ਪਹਿਲਾ ਸਵਾਲ ਹੈ GST ਦਾ ਅਰਥ ਹੈ, ਆਪਾਂ ਨੂੰ ਪਤਾ ਵਸਤੂ ਅਤੇ ਸੇਵਾ ਕਰ, ਇਸ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਆ, ਗੁੱਡਸ ਐਂਡ ਸਰਵਿਸ ਟੈਕਸ। ਦੂਜਾ ਹੈ GST ਭਾਰਤ ਵਿੱਚ ਕਦੋਂ ਲਾਗੂ ਹੋਇਆ, 1 ਜੁਲਾਈ 2017। ਬੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ, 1 ਜੁਲਾਈ 2017। GST ਵਿੱਚ ਕਿੰਨੀਆਂ ਵੱਖ ਵੱਖ ਟੈਕਸ ਸਲੈਬਾਂ ਹਨ, ਕਿੰਨੀਆਂ ਸਲੈਬਾਂ ਹਨ, 5। ਡੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ। ਇਹਨਾਂ ਵਿੱਚੋਂ ਕਿਹੜੀ GST ਅਧੀਨ ਟੈਕਸ ਸਲੈਬ ਨਹੀਂ ਹੈ, ਚੌਥੇ ਸਵਾਲ ਦਾ ਆਂਸਰ ਦੇਖਦੇ ਹਾਂ। 0% ਵੀ ਹੈਗੀ ਹੈ, 5 ਵੀ ਹੈਗੀ ਹੈ, 12 ਵੀ ਹੈਗੀ ਹੈ, ਪਰ 6 ਜਿਹੜੀ ਹੈ ਉਹ ਟੈਕਸ ਸਲੈਬ ਨਹੀਂ ਹੈ। ਇਸ ਕਰਕੇ ਬੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ, 6%। 5ਵਾਂ, ਸੰਵਿਧਾਨ ਵਿੱਚ ਕਿਹੜੀ ਸ਼ੋਧ GST ਨਾਲ ਸੰਬੰਧਿਤ ਹੈ, 101ਵੀਂ। ਸੀ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ। GST ਅਧੀਨ ਹੇਠ ਲਿਖਿਆਂ ਵਿੱਚੋਂ ਕਿਸ 'ਤੇ ਕਰ ਲੱਗਦਾ ਹੈ, ਭੋਜਨ 'ਤੇ, ਪੈਟਰੋਲੀਅਮ 'ਤੇ, ਅਲਕੋਹਲ 'ਤੇ, ਬਿਜਲੀ 'ਤੇ? ਆਪਾਂ ਨੂੰ ਪਤਾ ਕੀ ਹੈ, ਭੋਜਨ 'ਤੇ। ਇਹ ਆਪਸ਼ਨ ਬਿਲਕੁਲ ਰਾਈਟ ਆਂਸਰ ਹੈ। ਇਸ ਤਰ੍ਹਾਂ ਆਪਣੀ ਅਭਿਆਸ 7.8 ਕੰਪਲੀਟ ਹੁੰਦੀ ਹੈ। ਆਸ ਕਰਦਾ ਹਾਂ ਕਿ ਤੁਹਾਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਆਈ ਹੋਵੇਗੀ। ਥੈਂਕਸ ਫੋਰ ਵਾਚਿੰਗ ਦਿਸ ਵੀਡੀਓ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕਸ ਫੋਰ ਵਾਚਿੰਗ ਦਿਸ ਵੀਡੀਓ।